जलंधर शहर दे विच केंद्र सरकार दे वलों स्मार्ट शहरां दी जारी कीती गई तीजी सूची दे विच थां मिल गई है। शहर नूं स्पोर्ट्स हब वजो विकसित कीते जाण दा फैसला कीता गया। स्पोर्ट्स दे नाल जुड़े लोकां नूं इस फैसले तों किन्नियां उम्मीदां ने ते मौजूदा समय दे विच की हालात ने इस दा जायजा लिया। जी पंजाब हरियाणा हिमाचल दी टीम ने जलंधर तों राजीव वधवा दी रिपोर्ट देखो। ਖੇਡਾਂ ਦੇ ਸਮਾਲੀ ਦੁਨੀਆ ਭਰ ਵਿੱਚ ਮਸ਼ਹੂਰ ਸ਼ਹਿਰ ਜਲੰਧਰ ਹੁਣ ਸਪੋਰਟਸ ਹੱਬ ਬਣੇਗਾ। ਕੇਂਦਰ ਸਰਕਾਰ ਵੱਲੋਂ ਸ਼ਹਿਰ ਨੂੰ ਸਮਾਰਟ ਸਿਟੀ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਇਸ ਨੂੰ ਸਪੋਰਟਸ ਹੱਬ ਵਜੋਂ ਵਿਕਸਿਤ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ। ਪ੍ਰਸ਼ਾਸਨ ਨੇ ਇਸ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਸ਼ਹਿਰ ਦੇ ਸਭ ਤੋਂ ਮਸ਼ਹੂਰ ਬਲਟਨ ਪਾਰਕ ਅਤੇ ਇਸ ਦੇ ਆਸ ਪਾਸ 1000 ਏਕੜ ਜ਼ਮੀਨ ਫਾਈਨਲ ਕਰ ਲਈ ਗਈ ਹੈ, ਜਿੱਥੇ ਏਰੀਏ ਵਾਈਜ਼ ਵਿਕਾਸ ਕੀਤਾ ਜਾਏਗਾ ਅਤੇ ਪੂਰੇ ਏਰੀਏ ਨੂੰ ਪਲਾਨਿੰਗ ਦੇ ਮੁਤਾਬਕ ਬਣਾਇਆ ਜਾਏਗਾ। ਤਕਰੀਬਨ 63 ਏਕੜ ਜ਼ਮੀਨ ਤੇ ਮਲਟੀਪਰਪਸ ਸਟੇਡੀਅਮ ਅਤੇ ਐਜੂਕੇਸ਼ਨ ਸੈਂਟਰ ਬਣਾਏ ਜਾਣਗੇ। ਸ਼ਹਿਰ ਨੂੰ ਸਪੋਰਟਸ ਹੱਬ ਬਣਾਏ ਜਾਣ ਦੇ ਫੈਸਲੇ ਦਾ ਖਿਡਾਰੀਆਂ ਨੇ ਵੀ ਸਵਾਗਤ ਕੀਤਾ ਹੈ, ਪਰ ਨਾਲ ਹੀ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦਾ ਵੀ ਜ਼ਿਕਰ ਕੀਤਾ ਹੈ। ਉਧਰ ਖੇਡ ਅਫਸਰ ਵੀ ਖਿਡਾਰੀਆਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਨਜ਼ਰ ਆਏ। ਬਹੁਤ ਅੱਛੀ ਫੈਸਿਲਿਟੀ ਹੈ, ਕਿਉਂਕਿ ਇੱਕ ਜਗ੍ਹਾ ਵੀ ਆਪ ਜਿਮ ਕਰ ਸਕਦੇ ਹੋ, ਇੱਕ ਜਗ੍ਹਾ ਵੀ ਆਪ ਟ੍ਰੇਨਿੰਗ ਕਰ ਸਕਦੇ ਹੋ, ਨਹੀਂ ਤਾਂ ਆਪਕੋ ਹਰ ਜਗ੍ਹਾ ਕਿਸੇ ਕੋ ਫੈਸਿਲਿਟੀ ਨਹੀਂ ਮਿਲਦੀ ਛੋਟੇ ਸ਼ਹਿਰੋਂ ਮੇਂ, ਤੋ ਉਹ ਇੱਕ ਅੱਛਾ ਸਾਈਨ ਹੈ ਹਮਾਰੇ ਪੰਜਾਬ ਕੇ ਲਈ। ਯਹਾਂ ਪੇ ਕੋਚਿਸ ਕੀ ਕਮੀ ਹੈ, ਜੋ ਕੁਆਲੀਫਾਈਡ ਨਹੀਂ ਹੈ, ਇਹ ਕਮੀਜ਼ ਹੈ, ਟ੍ਰੇਨਰ ਨਹੀਂ ਹੈ ਅੱਛੇ, ਠੀਕ ਹੈ, ਜਿਮ ਫੈਸਿਲਿਟੀਜ਼ ਨਹੀਂ ਹੈ, ਤੋ ਸਵਿਮਿੰਗ ਪੂਲ ਵੀ ਨਹੀਂ ਹੈ, ਇਹ ਫੈਸਿਲਿਟੀਜ਼ ਨਹੀਂ ਹੈ ਯਹਾਂ ਪੇ। ਅਗਰ ਇਹ ਸਪੋਰਟਸ ਸਿਟੀ ਹੱਬ ਬਣ ਜਾਏਗਾ ਤੋ ਹਮਾਰੇ ਲਈ ਅੱਛਾ ਹੋਗਾ ਕਿ ਹਮੇ ਇਹ ਫੈਸਿਲਿਟੀ ਸਭ ਮਿਲੇਗੀ। ਕੁਛ ਕੋਚੋ ਕੀ ਹਮੇ ਕਮੀ ਆ, ਜੋ ਸਪੋਰਟਸ ਹੱਬ ਬਣੇਗਾ ਤਾਂ ਨੈਚੁਰਲੀ ਆ ਕੋਚ ਵੀ ਆਏਗੇ ਔਰ ਸੈਂਟਰ ਵੀ ਚੱਲੇਗੇ, ਇਸ ਮੇਂ ਬੱਚੋਂ ਕੀ ਜ਼ਿਆਦਾ ਇਨਵੋਲਵਮੈਂਟ ਹੋਗੀ। ਖੇਡਾਂ ਦੇ ਸਮਾਨ ਨਾਲ ਜੁੜੇ ਵਪਾਰੀ ਵੀ ਸ਼ਹਿਰ ਨੂੰ ਸਪੋਰਟਸ ਹੱਬ ਬਣਾਏ ਜਾਣ ਦੇ ਫੈਸਲੇ ਤੋਂ ਖੁਸ਼ ਨੇ, ਪਰ ਉਹਨਾਂ ਦਾ ਤਰਕ ਹੈ ਕਿ ਸਪੋਰਟਸ ਇੰਡਸਟਰੀ ਨੂੰ ਪੈਰਾਂ ਸਿਰ ਖੜਾ ਕਰਨ ਦੇ ਲਈ ਸੂਬਾ ਸਰਕਾਰ ਨੂੰ ਵੱਡੇ ਕਦਮ ਚੁੱਕਣੇ ਪੈਣਗੇ। ਵਪਾਰੀਆਂ ਨੇ ਕਿਹਾ ਕਿ ਕੱਚੇ ਮਾਲ ਤੇ ਐਕਸਪੋਰਟ ਡਿਊਟੀ ਜ਼ਿਆਦਾ ਹੋਣ ਕਰਕੇ ਬਹੁਤ ਸਾਰੀ ਇੰਡਸਟਰੀ ਦੂਜੇ ਸੂਬਿਆਂ ਦੇ ਵਿੱਚ ਚਲੀ ਗਈ ਹੈ, ਇਸ ਲਈ ਟੈਕਸ ਸਿਸਟਮ ਦੇ ਵਿੱਚ ਵੱਡੇ ਸੁਧਾਰ ਦੀ ਲੋੜ ਹੈ। ਵਪਾਰੀਆਂ ਨੇ ਕਿਹਾ ਕਿ ਸਰਕਾਰੀ ਨੀਤੀਆਂ ਕਰਕੇ ਉਹ ਐਕਸਪੋਰਟਰ ਦੀ ਬਜਾਏ ਇੰਪੋਰਟਰ ਬਣ ਕੇ ਰਹਿ ਗਏ ਨੇ। ਰਾ ਮਟੀਰੀਅਲ ਅਗਰ ਹਮ ਬਾਹਰ ਸੇ ਇੰਪੋਰਟ ਕਰਤੇ ਹੈ ਤੋ ਉਸਕੇ ਉੱਪਰ ਬੜੀ ਹੈਵੀ ਡਿਊਟੀਜ਼ ਹੈ, ਸਰਕਾਰ ਕੋ ਚਾਹੀਏ ਕਿ ਰਾ ਮਟੀਰੀਅਲ ਕੇ ਉੱਪਰ ਜੋ ਡਿਊਟੀਜ਼ ਹੈ ਉਸਕੋ ਰਿਮੂਵ ਕੀਆ ਜਾਏ। ਬਹੁਤ ਸਾਰੀ ਆਈਟਮ ਹੈ ਜੋ ਹਮ ਯਹਾਂ ਪਰ ਆਰਾਮ ਸੇ ਬਣਾ ਸਕਤੇ ਹੈ ਔਰ ਹਮਾਰੀ ਰੁਜ਼ਗਾਰ ਵੀ ਬੜਤਾ ਹੈ, ਲੇਬਰ ਕੋ ਵੀ ਕਾਮ ਮਿਲਤਾ ਹੈ, ਸਰਕਾਰ ਕਾ ਰੈਵਨਿਊ ਵੀ ਬੜਤਾ ਹੈ, ਲੇਕਿਨ ਸਰਕਾਰ ਉਨ੍ਹੀਂ ਚੀਜ਼ੋਂ ਕੋ ਇੰਪੋਰਟ ਕਰਨੇ ਕੇ ਲੀਏ ਜ਼ਿਆਦਾ ਪ੍ਰਮੋਟ ਕਰਤੀ ਹੈ। ਜੋ ਖੇਲ ਕਾ ਸਮਾਨ ਹਮ ਦੁਨੀਆ ਕੀ ਸਭੀ ਦੇਸ਼ ਕੇ ਦੁਨੀਆ ਕੋ ਹਮ खेल का सामान एक्सपोर्ट करते थे, आज हमें वो सामान इंपोर्ट करना पड़ रहा है, चाइना से माल आ रहा है जो वो हमारी इंडस्ट्री को खा रहा है। उधर फैक्ट्रियों विच काम करने वाले कामियां दा मनना है कि जदों शहर नूं स्पोर्ट्स हब वजों विकसित किया जाएगा असल नतीजा तां उदों ही सामने आवेगा। अब जब आएगी तब पता लगेगा ठीक हुई है या गलत हुई है, बाकी उम्मीद पर दुनिया कायम है, जब सरकार अब कुछ करने चली है तो कुछ अच्छा ही आएगा। ਦੁਨੀਆ ਭਰ ਵਿੱਚ ਖੇਡਾਂ ਦਾ ਸਮਾਨ ਸਪਲਾਈ ਕਰਨ ਵਾਲੀ ਜਲੰਧਰ ਦੀ ਸਪੋਰਟਸ ਐਂਡ ਮੈਨੂਫੈਕਚਰਿੰਗ ਇੰਡਸਟਰੀ ਮੌਜੂਦਾ ਸਮੇਂ ਦੇ ਵਿੱਚ ਕਈ ਮੁਸ਼ਕਲਾਂ ਦੇ ਨਾਲ ਜੂਝ ਰਹੀ ਹੈ। ਫੈਕਟਰੀਆਂ ਦੇ ਨੇੜਲੇ ਇਲਾਕਿਆਂ ਵਿੱਚ ਬੁਨਿਆਦੀ ਸਹੂਲਤਾਂ ਦੀ ਕਮੀ ਹੈ, ਸੜਕਾਂ ਤੇ ਸੀਵਰੇਜ ਦਾ ਬੁਰਾ ਹਾਲ ਹੈ, ਜਿਸ ਦਾ ਕੰਮ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਮੌਜੂਦਾ ਟੈਕਸ ਸਿਸਟਮ ਤੋਂ ਵੀ ਵਪਾਰੀ ਖੁਸ਼ ਨਹੀਂ ਨੇ। और यहाँ पर रॉ मटेरियल की अवेलेबिलिटी बहुत कम है, लेबर की समस्या है और कई तरह की और भी समस्याएं आ रही हैं। जलंधर से राजीव बदवा, जी मीडिया। ਤਾਂ ਜਲੰਧਰ ਹੁਣ ਸਮਾਰਟ ਸਿਟੀ ਤਾਂ ਬਣੇਗਾ ਹੀ, ਪਰ ਇਸ ਦੇ ਨਾਲ ਹੀ ਇਸ ਨੂੰ ਸਪੋਰਟਸ ਹੱਬ ਬਣਾਉਣ ਦੀ ਤਿਆਰੀ ਵੀ ਸ਼ੁਰੂ ਹੋ ਚੁੱਕੀ ਹੈ। ਜੇ ਸਪੋਰਟਸ ਹੱਬ ਬਣ ਜਾਂਦਾ ਤਾਂ ਇਸ ਦੇ ਨਾਲ ਖਿਡਾਰੀਆਂ ਨੂੰ ਬਹੁਤ ਫਾਇਦਾ ਹੋਏਗਾ ਅਤੇ ਸੂਬੇ ਦੇ ਜੋ ਲੋਕ ਨੇ ਜੋ ਮੈਡਲ ਹਾਸਲ ਕਰਨਾ ਚਾਹੁੰਦੇ ਨੇ ਉਹਨਾਂ ਲਈ ਇੱਕ ਸਹੂਲਤ ਗੌਰਵ ਜ਼ਰੂਰ ਹੋ ਜੀ। ਬਿਲਕੁਲ, ਇੱਕ ਸਮਾਂ ਸੀ ਜਦੋਂ ਜਲੰਧਰ ਸਪੋਰਟਸ ਹੱਬ ਦੇ ਤੌਰ ਉੱਤੇ ਹੀ ਜਾਣਿਆ ਜਾਂਦਾ ਸੀ। ਖੈਰ ਉਮੀਦ ਕਰਾਂਗੇ ਕਿ ਵਾਪਸ ਉਸੇ ਸਟੇਜ ਉੱਤੇ ਆ ਕੇ ਸਮਾਰਟ ਸਿਟੀ ਦੀ ਲਿਸਟ ਦੇ ਵਿੱਚ ਆਇਆ ਉਸ ਸਟੇਜ ਉੱਤੇ ਵੀ ਆਵੇਗਾ। ਅੱਗੇ ਵੱਧਦੇ ਅਗਲੀ ਖਬਰ ਦਾ ਰੁਖ ਕਰਾਂਗੇ ਜੀ। ਫਰੀਦਾਬਾਦ ਦੇ ਅਨਮੋਲ ਨੇ ਦੇਸ਼ ਅਤੇ ਸੂਬੇ ਨੂੰ ਅਨਮੋਲ ਮੈਡਲ ਦਿਵਾਇਆ, ਕਿਵੇਂ ਆਓ ਇਸ ਰਿਪੋਰਟ ਦੇ ਜ਼ਰੀਏ ਜਾਣਦੇ ਹਾਂ। ਸਵਾਗਤ ਉਸ ਹੋਣਹਾਰ ਚੈਂਪੀਅਨ ਦਾ ਜਿਸ ਨੇ ਜੂਨੀਅਰ ਸ਼ੂਟਿੰਗ ਵਰਲਡ ਕੱਪ ਵਿੱਚ ਭਾਰਤ ਦੇ ਹੁਨਰ ਦਾ ਲੋਹਾ ਮਨਵਾਇਆ। ਅਨਮੋਲ ਅਜ਼ਰਬੈਜਾਨ ਵਿੱਚ ਹੋਈ ਚੈਂਪੀਅਨਸ਼ਿਪ ਵਿੱਚ 2 ਸਿਲਵਰ ਮੈਡਲ ਜਿੱਤ ਕੇ ਪਰਤਿਆ, ਜਿਸ ਦੇ ਬਾਅਦ ਫਰੀਦਾਬਾਦ ਵਿੱਚ ਲੋਕਾਂ ਨੇ ਥਾਂ ਥਾਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਤੇ ਬਲਵਗੜ੍ਹ ਦੇ ਵਿਧਾਇਕ ਮੂਲਚੰਦ ਸ਼ਰਮਾ ਅਤੇ ਉਸ ਦੇ ਕੋਚ ਵੀ ਮੌਜੂਦ ਰਹੇ। ਅਨਮੋਲ ਨੇ ਇਸ ਮੌਕੇ ਤੇ ਜਿੱਥੇ ਨੌਜਵਾਨਾਂ ਨੂੰ ਸਫਲਤਾ ਦਾ ਮੰਤਰ ਦੱਸਿਆ, ਉੱਥੇ ਹੀ ਓਲੰਪਿਕ ਦੇ ਵਿੱਚ ਦੇਸ਼ ਦੇ ਲਈ ਮੈਡਲ ਤੇ ਨਿਸ਼ਾਨਾ ਲਾਉਣ ਦਾ ਭਰੋਸਾ ਵੀ ਦਿੱਤਾ। ਬਲਵਗੜ੍ਹ ਦੇ ਵਿਧਾਇਕ ਨੇ ਉਭਰਦੇ ਸ਼ੂਟਰ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।
ये अजरबैजान देश में गबाला सिटी में हुई थी और इसमें दो सिल्वर मेडल आए हैं मेरे, लक्ष्य एक ही ओलंपिक गोल्ड। जिले में दो मेडल आए हैं हमारे, मैं इस बात की बधाई देना चाहता हूँ, बच्चे ने देश का, प्रदेश का, जिले का, घर का जो नाम करा, इसकी बहुत बधाई। अनमोल दे कोच दे मुताबिक गरीब घर दे नाल संबंध रखने वाले अनमोल ने सख्त मेहनत के बाद ये मुकाम हासिल किया है। फरीदाबाद तो विनोद मित्तल, जी मीडिया। जी अनमोल ने ना सिर्फ सूबे नूं बल्कि देश का भी मान वधाया, पर उम्मीद करांगे कि अनमोल का जिहड़ा प्रदर्शन है उसे तरह नाल जारी रहेगा, होर सुधरेगा ते ओलंपिक वर्गे स्टेज उत्ते भी जाके जरूर मैडल देश नूं दिवाउणगे। बिल्कुल, ते हुण अगे वधदे आं, रुक करदे आं शिमला। शिमला दे विच श्री गुरु गोबिंद सिंह जी दे प्रकाश दिहाड़े नूं लै के दो रोजा समागमां दा अज समापन हो गया। लख खुशियां पातशाहियां, लख खुशियां। हिमाचल प्रदेश विच भी सिखां दे दसवें गुरु श्री गुरु गोबिंद सिंह जी दे 350वें प्रकाश दिहाड़े नूं लैके काफी उत्साह दा माहौल है। इस लड़े में शिमला दो दिनी समागम का प्रबंध किया गया, जिस विच वड्डी गिणती श्रद्धालुओं के नाल सूबे के मुख्यमंत्री वीरभद्र सिंह ने भी हिस्सा लिया। बहुत महत्वपूर्ण है और हिमाचल से उनका लगाव रहा है और वो यहाँ पर उन्होंने जगह जगह पर जाकर मंडी पटना साहब, मंडी में के अंदर, पोंटा साहब के अंदर, नहान में उन्होंने जो है प्रवास ही नहीं किया बल्कि उन्होंने धर्म का प्रचार किया और धर्म की रक्षा की। शिमला में श्री गुरु गोबिंद सिंह जी के प्रकाश दिहाड़े के समागम प्रबंधकों का मानना है कि मुख्य समागम वैसे तो अगले साल जनवरी में होना है, पर वादियों में उस दौरान मौसम खराब होते हैं, अजिहे विच इत्थे पहलां तो ही समागमों के प्रबंध किए जा रहे हैं। ये गुरु गोबिंद सिंह जी का 350 साल का प्रकाश उत्सव मना रहे हैं, जो कि मौसम के चलते हिमाचल प्रदेश में कंपैरेटिवली पहले मनाया जा रहा है, लेकिन इसका जो टाइम है वो जनवरी में है, लेकिन इस समय में हम प्रदेश सरकार से जो यहाँ की सिख संगत को बहुत ज़्यादा हेल्प मिली है, हम माननीय मुख्यमंत्री जी के बहुत आभारी हैं और हरीश जनाठा जी के बहुत आभारी हैं जिन्होंने बढ़ चढ़ के साथ दिया और इसको एक स्टेट का इसको उत्सव बनाया है। श्री गुरु गोबिंद सिंह जी के प्रकाश दिहाड़े के लिए देश भर में वड्डे पैमाने की तैयारियां चल रही ने, जिस दे लई हुण तो ही श्रद्धालुओं में आस्था और उत्साह का माहौल देखने को मिल रहा है। विशाल द्विवेदी, जी मीडिया, शिमला।